ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਛੋਟੀ ਜਿਹੀ ਕੋਸ਼ਿਸ਼ ਕਰਨ ਲੱਗੇ ਹਾਂ ICSE ਬੋਰਡ ਦੇ 9th ਅਤੇ 10th ਕਲਾਸ ਦੇ ਬੱਚਿਆਂ ਵਾਸਤੇ, ਜਿਨ੍ਹਾਂ ਨੂੰ ਕਿ ਦ ਮਰਚੈਂਟ ਆਫ ਵੈਨਿਸ ਪਲੇ ਜਿਹੜਾ ਹੈਗਾ ਸ਼ੇਕਸਪੀਅਰ, ਵਿਲੀਅਮ ਸ਼ੇਕਸਪੀਅਰ ਦੁਆਰਾ ਲਿਖਿਆ ਗਿਆ, ਉਹ ਲੱਗਿਆ ਹੋਇਆ। ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਰੀਡ ਕਰਾਂਗੇ ਅਤੇ ਫਿਰ ਪੰਜਾਬੀ ਦੇ ਵਿੱਚ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ ਜੀ। ਐਕਟ 1 ਸੀਨ 1। The opening scene succeeds in providing the necessary information exposition of the play. ਕਹਿੰਦੇ ਕਿ ਜਿਹੜਾ ਸਟਾਰਟਿੰਗ ਵਾਲਾ ਸੀਨ ਹੈ, ਇਹ ਜਿੰਨੀ ਵੀ ਨੈਸੈਸਰੀ, ਜਿੰਨੀ ਵੀ ਆਪਾਂ ਨੂੰ ਜ਼ਰੂਰੀ ਇਨਫੋਰਮੇਸ਼ਨ ਹੁੰਦੀ ਹੈ, ਹੈ ਨਾ, ਅਤੇ ਇਹ ਆਪਾਂ ਨੂੰ ਇਹ ਪਲੇ ਪੂਰੀ ਦੇ ਦਿੰਦਾ। ਸ਼ੇਕਸਪੀਅਰ ਇੰਟਰੋਡਿਊਸਿਸ ਦ ਐਲੀਮੈਂਟਸ ਆਫ ਦ ਪਲੋਟ, ਕਰੈਕਟਰਸ ਐਂਡ ਦ ਐਟਮੋਸਫੀਅਰ ਆਫ ਦ ਪਲੇ। ਕਹਿੰਦੇ ਕਿ ਸ਼ੇਕਸਪੀਅਰ ਜਿਹੜੇ ਹੈਗੇ ਆ, ਉਹ ਆਪਾਂ ਨੂੰ ਜਾਣੂ ਕਰਵਾਉਂਦੇ ਹੈ ਕਿ ਇਹਦੀ ਕਹਾਣੀ ਤੋਂ, ਇਹਦੇ ਕਰੈਕਟਰਸ ਜਿਹੜੇ ਜਿਹੜੇ ਇਹਦੇ ਵਿੱਚ ਕੰਮ ਕਰ ਰਹੇ ਹੈ, ਐਕਟਰਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਹੈ ਨਾ, ਕਰੈਕਟਰਸ, ਉਹ ਉਹਨਾਂ ਬਾਰੇ ਅਤੇ ਮਾਹੌਲ ਬਾਰੇ ਕਿ ਇਸ ਜਿਹੜਾ ਪਲੇ ਦਾ ਮਾਹੌਲ ਕੀ ਹੈ। ਐਂਟੋਨੀਓ ਇਜ਼ ਅ ਰਿਚ ਮਰਚੈਂਟ ਹੂ ਇਜ਼ ਇਨ ਅ ਸੈਡ ਮੂਡ ਐਂਡ ਹਿਸ ਫਰੈਂਡਸ ਆਰ ਅਨੇਬਲ ਟੂ ਅਮਿਊਜ਼ ਹਿਮ। ਕਹਿੰਦੇ ਕਿ ਐਂਟੋਨੀਓ ਜਿਹੜਾ ਕਿ ਇੱਕ ਬਹੁਤ ਅਮੀਰ ਵਪਾਰੀ ਹੈ, ਇਹ ਬਹੁਤ ਉਦਾਸ ਮੂਡ ਵਿੱਚ ਹੁੰਦਾ ਹੈ, ਅਤੇ ਇਹਦੇ ਜਿਹੜੇ ਦੋਸਤ ਹੈ, ਇਹ ਇਹਨੂੰ ਖੁਸ਼ ਨਹੀਂ ਕਰ ਪਾ ਰਹੇ, ਖੁਸ਼ ਕਰਨ ਦੇ ਕਾਬਿਲ ਨਹੀਂ ਹੈਗੇ ਉਹ, ਮਤਲਬ ਇਹ ਖੁਸ਼ ਹੀ ਨਹੀਂ ਹੋ ਰਿਹਾ ਉਹਨਾਂ ਤੋਂ। ਹਿਸ ਡੀਅਰੈਸਟ ਫਰੈਂਡ ਬਸਾਨੀਓ ਟੈਲਸ ਹਿਮ ਆਫ ਹਿਸ ਡਿਜ਼ਾਇਰ ਟੂ ਵਿਨ ਪੋਰਸ਼ੀਆ। ਕਹਿੰਦੇ ਕਿ ਜਿਹੜਾ ਉਹਦਾ ਸਭ ਤੋਂ ਪਿਆਰਾ ਦੋਸਤ ਹੈ ਬਸਾਨੀਓ, ਕਿਹਦਾ? ਐਂਟੋਨੀਓ ਦਾ ਸਭ ਤੋਂ ਵਧੀਆ ਦੋਸਤ ਹੈ ਬਸਾਨੀਓ। ਕਹਿੰਦੇ ਕਿ ਉਹ ਬਸਾਨੀਓ ਨੂੰ ਦੱਸਦਾ ਹੈ ਆਪਦੀ ਇੱਛਾ, ਜਿਹਦੇ ਵਿੱਚ ਕਿ ਉਹ ਪੋਰਸ਼ੀਆ ਨੂੰ ਜਿੱਤਣਾ ਚਾਹੁੰਦਾ ਹੈ। ਪੋਰਸ਼ੀਆ ਬੈਲਮੌਂਟ ਦੀ ਰਾਜਕੁਮਾਰੀ ਹੈ, ਅਤੇ ਉੱਥੇ ਸਵੰਬਰ ਰੱਖਿਆ ਹੋਇਆ, ਅੱਗੇ ਪਤਾ ਲੱਗੂਗਾ ਆਪਾਂ ਨੂੰ, ਸਵੰਬਰ ਰੱਖਿਆ ਹੋਇਆ, ਅਤੇ ਜਿਹੜਾ ਉਹ ਸਵੰਬਰ ਦੇ ਵਿੱਚ ਜਿੱਤ ਜੂਗਾ, ਉਹ ਪੋਰਸ਼ੀਆ ਨਾਲ ਵਿਆਹ ਕਰਾਊਗਾ। ਇਹਨੇ ਵੀ ਉਹੀ ਇੱਛਾ ਦੱਸੀ ਹੈ ਆਪਦੀ। ਪੋਰਸ਼ੀਆ ਆ ਰਿਚ ਹੇਅਰੈਸ ਆਫ ਬੈਲਮੌਂਟ, ਜਿਹੜੀ ਕਿ ਬਹੁਤ ਅਮੀਰ ਰਾਜਕੁਮਾਰੀ ਹੈ ਬੈਲਮੌਂਟ ਦੀ। ਹੀ ਆਸਕ ਐਂਟੋਨੀਓ ਟੂ ਲੈਂਡ ਹਿਮ ਮਨੀ ਟੂ ਪ੍ਰੈਜੈਂਟ ਹਿਮਸੈਲਫ ਐਜ਼ ਅ ਵਰਦੀ ਸੂਟਰ ਐਟ ਬੈਲਮੌਂਟ। ਹੁਣ ਜਿਹੜਾ ਬਸਾਨੀਓ ਹੈ, ਉਹ ਐਂਟੋਨੀਓ ਤੋਂ ਪੈਸੇ ਮੰਗਦਾ ਉਧਾਰ, ਕਹਿੰਦਾ ਕਿ ਮੈਨੂੰ ਪਲੀਜ਼ ਥੋੜ੍ਹੇ ਪੈਸੇ ਦੇ ਦੇ, ਹੈ ਨਾ, ਤਾਂ ਕਿ ਮੈਂ ਬਹੁਤ ਅੱਛਾ ਸੂਟਰ ਵਜੋਂ ਬੈਲਮੌਂਟ ਦੇ ਵਿੱਚ ਆਪਦੇ ਆਪ ਨੂੰ ਪੇਸ਼ ਕਰ ਪਾਵਾਂ। ਸੂਟਰ ਦਾ ਮਤਲਬ ਹੁੰਦਾ ਹੈ ਜਿਹੜੇ ਵਿਆਹ ਕਰਨ ਦੀ ਇੱਛਾ ਰੱਖਦੇ ਹੈ ਕਿਸੇ ਨਾਲ। ਐਂਟੋਨੀਓ ਹੈਜ਼ ਨੋ ਰੈਡੀ ਕੈਸ਼ ਐਜ਼ ਹਿਸ ਫੋਰਚੂਨਸ ਆਰ ਟਾਈਡ ਅਪ ਵਿਦ ਹਿਸ ਸ਼ਿਪਸ ਐਟ ਸੀ। ਕਹਿੰਦੇ ਕਿ ਐਂਟੋਨੀਓ ਕੋਲ ਇਸ ਟਾਈਮ ਕੈਸ਼ ਨਹੀਂ ਹੈਗਾ, ਲਿਕੁਇਡ ਮਨੀ ਨਹੀਂ ਹੈਗੀ, ਕਿਉਂਕਿ ਉਹਦਾ ਜਿੰਨਾ ਵੀ ਕੰਮ ਹੈ, ਜੋ ਕੁਛ ਵੀ ਹੈਗਾ, ਉਹ ਸਾਰਾ ਉਹਦੇ ਸ਼ਿਪਸ ਨਾਲ ਹੀ ਰਿਲੇਟਡ ਹੈ, ਉਹਦੇ ਤੋਂ ਹੀ ਪੈਸਾ ਆਉਣਾ ਹੈ ਉਹਨੂੰ, ਪਰ ਉਹ ਇਸ ਟਾਈਮ ਸਮੁੰਦਰ ਦੇ ਵਿੱਚ ਆ ਉਹਦੇ ਸਾਰੇ ਜਹਾਜ਼। ਸੋ ਹੀ ਐਡਵਾਈਸਿਸ ਬਸਾਨੀਓ ਟੂ ਯੂਜ਼ ਹਿਸ ਐਂਟੋਨੀਓਸ ਨੇਮ ਟੂ ਗੈਟ ਕ੍ਰੈਡਿਟ ਇਨ ਵੈਨਿਸ। ਕਹਿੰਦੇ ਇਸ ਕਰਕੇ ਜਿਹੜਾ ਐਂਟੋਨੀਓ ਹੈ, ਉਹ ਬਸਾਨੀਓ ਨੂੰ ਇੱਕ ਸਲਾਹ ਦਿੰਦਾ, ਕਹਿੰਦਾ ਕਿ ਤੂੰ ਮੇਰਾ ਨਾਮ ਲੈ ਕੇ, ਮਤਲਬ ਕਿ ਐਂਟੋਨੀਓ ਦਾ ਨਾਮ ਲੈ ਕੇ ਵੈਨਿਸ ਵਿੱਚੋਂ ਕਿਸੇ ਤੋਂ ਵੀ ਕ੍ਰੈਡਿਟ ਚੁੱਕ ਲਏ, ਕਿਸੇ ਤੋਂ ਵੀ ਉਧਾਰ ਲੈ ਲਏ। ਦਸ ਦ ਲਵ ਸਟੋਰੀ ਆਫ ਬਸਾਨੀਓ ਐਂਡ ਪੋਰਸ਼ੀਆ ਇਜ਼ ਲਿੰਕਡ ਟੂ ਦ ਬੌਂਡ ਸਟੋਰੀ ਆਫ ਐਂਟੋਨੀਓ ਐਂਡ ਸ਼ਾਈਲੋਕ। ਕਹਿੰਦੇ ਇਸ ਤਰ੍ਹਾਂ ਜਿਹੜੀ ਪ੍ਰੇਮ ਕਹਾਣੀ ਹੈ ਬਸਾਨੀਓ ਅਤੇ ਪੋਰਸ਼ੀਆ ਦੀ, ਇਹ ਲਿੰਕ ਕਰਦੀ ਹੈ, ਇਹ ਜੁੜਦੀ ਹੈ ਕਿਹਦੇ ਨਾਲ? ਜਿਹੜੀ ਐਂਟੋਨੀਓ ਅਤੇ ਸ਼ਾਈਲੋਕ ਦੀ ਬੌਂਡ ਕਹਾਣੀ ਹੈ। ਬੌਂਡ ਦਾ ਮਤਲਬ ਹੈ ਇੱਕ ਲੀਗਲ ਤੌਰ 'ਤੇ, ਆਪਾਂ ਜਦੋਂ ਕਿਸੇ ਨੂੰ ਕੋਈ ਵੀ ਪੈਸੇ ਜਾਂ ਕੋਈ ਵੀ ਚੀਜ਼ ਦਿੰਦੇ ਹਾਂ, ਤਾਂ ਆਪਾਂ ਲੀਗਲ ਉਹਨੂੰ ਲੀਗਲ ਤਰੀਕੇ ਨਾਲ ਆਪਾਂ ਉਹਨੂੰ ਲਿਖ ਲਈਏ ਕਿਤੇ ਵੀ, ਇਹਦਾ ਜੇ ਨਾ ਦਿੱਤੇ ਗਏ ਤਾਂ ਕੀ ਹੋਊਗਾ। ਚਲੋ ਜੀ, ਸੀਨ 1 ਵੈਨਿਸ ਆ ਸਟਰੀਟ। ਕਹਿੰਦੇ ਕਿ ਜਿਹੜਾ ਸੀਨ ਹੈ ਪਹਿਲਾਂ, ਇਹ ਵੈਨਿਸ ਦਾ, ਇੱਕ ਗਲੀ ਦਾ। ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਕਿ ਸੀਨ ਕਿਉਂ ਲਿਖਿਆ ਹੁੰਦਾ ਹੈ। ਸੀਨ ਦਾ ਮਤਲਬ ਇਹ ਹੈ ਕਿ ਇੱਕ ਪਲੇ ਹੈ, ਇੱਕ ਨਾਟਕ ਹੈ, ਜਿਵੇਂ ਕਿ ਤੁਸੀਂ ਸਕੂਲਾਂ ਦੇ ਵਿੱਚ ਵੀ ਕਰਦੇ ਹੋ, ਬੱਚਿਆਂ ਨੂੰ ਕਰਾਇਆ ਜਾਂਦਾ, ਹੈ ਨਾ, ਸਟੇਜ ਦੇ ਉੱਪਰ, ਉੱਦਾਂ ਨਾਟਕ ਹੈ। ਉਸ ਨਾਟਕ ਦਾ ਸੀਨ ਪਹਿਲਾਂ ਕੀ ਹੈ? ਵੈਨਿਸ ਦਾ, ਇੱਕ ਗਲੀ ਦਾ ਦਿਖਾਇਆ ਗਿਆ। ਐਂਟਰ ਐਂਟੋਨੀਓ ਸੈਲਰੀਨੋ ਐਂਡ ਸਲਾਨੀਓ। ਕਹਿੰਦੇ ਕਿ ਜਿਹੜਾ ਐਂਟੋਨੀਓ, ਸੈਲਰੀਨੋ ਅਤੇ ਸਲਾਨੀਓ, ਉਹ ਐਂਟਰ ਕਰਦੇ ਹੈ। ਐਂਟੋਨੀਓ ਇਨ ਸੂਦ, ਆਈ ਨੋ ਨੋਟ ਵਾਈ ਆਈ ਐਮ ਸੋ ਸੈਡ। ਕਹਿੰਦਾ ਵੀ ਅਸਲ ਦੇ ਵਿੱਚ ਮੈਨੂੰ ਪਤਾ ਹੀ ਨਹੀਂ ਗਾ ਵੀ ਮੈਂ ਉਦਾਸ ਕਿਉਂ ਹੈ। ਇਟ ਵੇਰਿਸ ਮੀ, ਯੂ ਸੀ ਇਟ ਵੇਰਿਸ ਯੂ। ਕਹਿੰਦਾ ਕਿ ਵੀ ਇਹ ਜਿਹੜਾ ਹੈਗਾ, ਮੈਨੂੰ, ਮੈਂ ਤੰਗ ਹੋਇਆ ਵਿਆ, ਮੈਂ ਉਦਾਸ ਹੋਇਆ ਵਿਆ, ਅਤੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੁਸੀਂ ਉਦਾਸ ਹੋ। ਬਟ ਹਾਊ ਆਈ ਕਾਟ ਇਟ, ਫਾਊਂਡ ਇਟ, ਔਰ ਕੇਮ ਬਾਈ ਇਟ। ਕਹਿੰਦਾ ਵੀ ਪਰ ਮੈਂ ਇਸ ਉਦਾਸੀ ਵਿੱਚ ਆ ਕਿਵੇਂ ਗਿਆ, ਮੈਂ ਇਸ ਉਦਾਸੀ 'ਚ ਘਿਰਿਆ ਕਿਵੇਂ।
what stuff it is made of, whereof it is born, I am to learn. ਕਹਿੰਦਾ ਕਿ ਇਹ ਮਤਲਬ ਕਿਸ ਚੀਜ਼ ਦਾ ਬਣਿਆ ਯਾਰ, ਕੀ ਚੀਜ਼ ਹੈ ਇਹ ਜਿਹੜਾ ਮੈਨੂੰ ਘੇਰੀ ਬੈਠੀ ਹੈ, ਕਿਉਂਕਿ ਇਹ ਮੰਨਿਆ ਜਾਂਦਾ ਸੀ ਕਿ ਐਂਟੋਨੀਓ ਕਦੇ ਵੀ ਉਦਾਸ ਨਹੀਂ ਹੋਇਆ, ਹੈ ਨਾ, ਉਹਨੂੰ ਸਮਝ ਨਹੀਂ ਆ ਰਹੀ ਇਸ ਟਾਈਮ, ਉਹ ਆਪਦੇ ਮਨ ਦੀ ਦਸ਼ਾ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਕਿੱਥੋਂ ਆਇਆ, ਇਹ ਕਿਵੇਂ ਆ ਗਿਆ, ਇਹ ਮੈਨੂੰ ਸਮਝ ਨਾ ਪਊਗਾ ਇਹਨੂੰ. ਐਂਡ ਸੱਚ ਅ ਵਾਂਟ ਵਿਟ ਸੈਡਨੈਸ ਮੇਕਸ ਆਫ ਮੀ ਦੈਟ ਆਈ ਹੈਵ ਮੱਚ ਅਡੋ ਟੂ ਨੋ ਮਾਈ ਸੈਲਫ. ਕਹਿੰਦਾ ਅਤੇ ਇਹ ਜਿਹੜੀ ਹੈਗੀ ਹੈ ਮੇਰਾ ਐਬਸੈਂਟ ਮਾਇੰਡ ਹੋ ਜਾਣਾ, ਜਿਹੜੀ ਇਹ ਉਦਾਸੀ ਹੈ, ਇਹ ਮੈਨੂੰ ਐਬਸੈਂਟ ਮਾਇੰਡ ਕਰ ਚੁੱਕੀ ਹੈ ਇੰਨਾ ਕਿ ਮੈਂ ਆਪਦੇ ਆਪ ਨੂੰ ਸਮਝਣ ਵਿੱਚ ਵੀ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ. ਸੈਲਰੀ ਨੂੰ, ਯੂਅਰ ਮਾਇੰਡ ਇਜ਼ ਟੋਜ਼ਿੰਗ ਔਨ ਦਾ ਓਸ਼ਨ. ਟੋਜ਼ਿੰਗ ਮਤਲਬ ਲਹਿਰਾਂ ਦੇ ਉੱਤੇ ਝੂਲਣਾ, ਹੈ ਨਾ. ਅਤੇ ਕਹਿੰਦੇ ਵੀ ਤੁਹਾਡਾ ਜਿਹੜਾ ਦਿਮਾਗ ਹੈ, ਸੈਲਰੀ ਨੂੰ ਕਹਿ ਰਿਹਾ ਐਂਟੋਨੀਓ ਨੂੰ, ਕਹਿੰਦਾ ਜਿਹੜਾ ਤੁਹਾਡਾ ਦਿਮਾਗ ਹੈ ਨਾ, ਤੁਹਾਡਾ ਜਿਹੜਾ ਖਿਆਲ ਹੈ, ਹੈ ਨਾ, ਇਹ ਸਾਰਾ ਕਿੱਥੇ ਹੈ, ਓਸ਼ਨ ਦੇ ਉੱਤੇ, ਮਹਾਸਾਗਰ ਕਹਿ ਦਿਓ, ਸਮੁੰਦਰ ਕਹਿ ਦਿਓ, ਓਸ਼ਨ ਦੇ ਉੱਤੇ ਹੈ. ਦੇਅਰ ਵੇਅਰ ਯੂਅਰ ਐਰਗੋਸੀਸ ਆ ਵਿਦ ਪੋਟਲੀ ਸੇਲ ਲਾਈਕ ਸਿਗਨੋਰਸ ਐਂਡ ਰਿਚ ਬਰਗਰਸ ਔਨ ਦਾ ਫਲੱਡ. ਕਹਿੰਦਾ ਕਿ ਜਿੱਥੇ ਕਿ ਤੁਹਾਡੇ ਐਰਗੋਸੀਸ, ਐਰਗੋਸੀਸ ਦਾ ਮਤਲਬ ਇੱਕ ਸਪੈਸ਼ਲੀ ਵੈਸੇ ਇੱਕ ਬਹੁਤ ਵੱਡੀ ਜਹਾਜ਼ ਦਾ ਨਾਮ ਸੀਗਾ, ਤਾਂ ਇੱਥੇ ਉਹਦੇ ਜਹਾਜ਼ਾਂ ਨੂੰ ਸੰਬੋਧਿਤ ਕੀਤਾ ਗਿਆ ਕਿ ਤੇਰੇ ਬਹੁਤ ਵੱਡੇ ਵੱਡੇ ਜਹਾਜ਼ ਹੈ ਜਿਹੜੇ ਕਿ ਆਪਦਾ ਸਮਾਨ ਲੈ ਕੇ ਜਾ ਰਹੇ ਹੈ, ਹੈ ਨਾ, ਜਿਵੇਂ ਕਿ ਲਾਈਕ ਸਿਗਨੋਰਸ ਐਂਡ ਰਿਚ ਬਰਗਰਸ ਔਨ ਦਾ ਫਲੱਡ. ਕਹਿੰਦਾ ਕਿ ਜਿਵੇਂ ਕਿ ਸਿਗਨੋਰ, ਸਿਗਨੋਰ ਇੱਕ ਹੈਗਾ ਵਰਡ, ਮਤਲਬ ਕਿਸੇ ਨੂੰ ਵੀ ਰਿਸਪੈਕਟ ਦੇਣ ਵਾਸਤੇ, ਜਿਵੇਂ ਆਪਾਂ ਸਰ ਕਹਿ ਦਿੰਦੇ ਹਾਂ, ਹੈ ਨਾ, ਉੱਦਾਂ. ਅਤੇ ਕਹਿੰਦੇ ਕਿ ਜਿਵੇਂ ਬਹੁਤ ਅਮੀਰ ਜਿਹੜੇ ਹੈਗੇ ਹੈ, ਮਿਡਲ ਕਲਾਸ ਫੈਮਿਲੀ ਦੇ ਬੰਦੇ, ਬਹੁਤ ਅਮੀਰ ਲੋਕ ਹੈ ਜਿਹੜੇ ਉਹ, ਅਤੇ ਜਿਹੜੇ ਬਹੁਤ ਰਿਸਪੈਕਟੇਬਲ ਬੰਦੇ ਹੈ, ਜਿਵੇਂ ਉਹ ਓਸ਼ਨ 'ਤੇ ਤੁਰਦੇ ਹੋਣ, ਤੇਰੇ ਜਿਹੜੇ ਹੈਗੇ ਜਹਾਜ਼ ਸਮੁੰਦਰ ਦੇ ਵਿੱਚ ਆਈ ਹੈ. ਅੱਗੇ ਔਰ ਐਜ਼ ਇਟ ਵਰ ਦਾ ਪੇਜੈਂਟਸ ਆਫ ਦਾ ਸੀ ਡੂ ਓਵਰਪੀਅਰ ਦਾ ਪੈਟੀ ਟ੍ਰੈਫਿਕਰਸ. ਕਹਿੰਦੇ ਕਿ ਤੁਸੀਂ ਇਹ ਸਮਝੋ, ਸੈਲਰੀ ਨੂੰ ਉਹਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਇਹ ਸਮਝੋ ਕਿ ਜਿਹੜੇ ਤੁਹਾਡੇ ਜਹਾਜ਼ ਹੈ ਉਹ ਇੱਦਾਂ ਹੈ ਸਮੁੰਦਰ ਦੇ ਵਿੱਚ, ਜਿਵੇਂ ਕਿ ਆਪਾਂ ਨੁਮਾਇਸ਼ ਜਾਂ ਆਪਾਂ ਸਪੈਸ਼ਲੀ ਹਿਸਟੋਰੀਕਲ ਨੁਮਾਇਸ਼ 'ਤੇ ਜਾਈਏ ਕਿ ਯਾਰ ਆਹ ਕਿੰਨੀ ਸੋਹਣੀ ਚੀਜ਼ ਹੈ, ਹੈ ਨਾ, ਉੱਦਾਂ ਬਹੁਤ ਸੋਹਣੇ ਹੈ, ਬਹੁਤ ਅੱਛੇ ਹੈ, ਬਹੁਤ ਵੱਡੇ ਹੈ, ਵਿਸ਼ਾਲ ਹੈ. ਕਹਿੰਦਾ ਡੂ ਓਵਰਪੀਅਰ ਦਾ ਪੈਟੀ ਟ੍ਰੈਫਿਕਰਸ. ਕਹਿੰਦੇ ਕਿ ਤੁਸੀਂ ਆਪਾਂ ਨੂੰ ਕੀ ਚਾਹੀਦਾ ਕਿ ਆਪਾਂ ਉਹਨਾਂ ਜਿਹੜੀਆਂ ਛੋਟੀਆਂ ਛੋਟੀਆਂ ਬੋਟਸ ਹੈ ਜਾਂ ਇਹ ਕਿਸ਼ਤੀਆਂ ਹੈ, ਹੈ ਨਾ, ਜਾਂ ਛੋਟੇ ਜਹਾਜ਼ ਹੈ, ਉਹਨਾਂ ਦਾ ਖਿਆਲ ਨਾ ਕਰੀਏ, ਉਹਨਾਂ ਤੋਂ ਅੱਗੇ ਦੇਖੀਏ. ਦੈਟ ਕਰਟਸੀ ਔਨ ਦੈਮ ਡੂ ਦੈਮ ਰੈਵਰੈਂਸ ਐਸ ਦੇ ਫਲਾਈ ਬਾਏ ਦੈਮ ਵਿਦ ਦੇਅਰ ਵੋਵਨ ਵਿੰਗਸ. ਕਹਿੰਦਾ ਕਿ ਜਿਵੇਂ ਜਿਹੜੇ ਪਾਲ ਹੁੰਦੀ ਹੈ ਜਿਹਦੇ ਥਰੂ ਹਵਾ ਦੇ ਨਾਲ ਜਾਂਦੇ ਹੈ ਜਹਾਜ਼ ਜਾਂਦੇ ਸੀ, ਹੈ ਨਾ, ਕਹਿੰਦਾ ਕਿ ਜਦੋਂ ਉਹ ਉਹਦੇ ਉਹਨਾਂ ਦੇ ਕੋਲ ਦੀ ਟੱਪਦਾ ਹੈ ਤਾਂ ਉਹਦੀਆਂ ਲਹਿਰਾਂ ਇੱਦਾਂ ਬਣਦੀਆਂ, ਅਤੇ ਜਿਹੜੀ ਉਹ ਛੋਟੇ ਕਿਸ਼ਤੀਆਂ ਵਗੈਰਾ ਉਹ ਐਵੇਂ ਝੂਲਦੀਆਂ, ਐਵੇਂ ਉੱਪਰ ਥੱਲੇ ਹੁੰਦੀਆਂ, ਜਿਵੇਂ ਕਿ ਰਿਸਪੈਕਟ ਦੇ ਰਹੀਆਂ ਹੋਣ, ਜਿਵੇਂ ਕਿ ਰਿਸਪੈਕਟ ਦੇ ਰਹੀਆਂ ਹੋਣ ਉਹਦੇ ਜਹਾਜ਼ਾਂ ਨੂੰ. ਸੈਲਾਨੀਓ, ਬਿਲੀਵ ਮੀ ਸਰ, ਹੈਡ ਆਈ ਸੱਚ ਵੈਂਚਰ ਫੋਰਥ, ਦ ਬੈਟਰ ਪਾਰਟ ਆਫ ਮਾਈ ਅਫੈਕਸ਼ਨ ਵੁੱਡ ਬੀ ਵਿਦ ਮਾਈ ਹੋਪਸ ਐਬਰੋਡ. ਕਹਿੰਦਾ ਵੀ ਹੁਣ ਸੈਲਾਨੀਓ ਕਹਿੰਦਾ, ਕਹਿੰਦਾ ਜੀ ਇਹਨੂੰ ਐਂਟੋਨੀਓ ਨੂੰ, ਕਹਿੰਦਾ ਮੇਰਾ ਵਿਸ਼ਵਾਸ ਕਰੋ ਸਰ, ਕਹਿੰਦਾ ਵੀ ਜੇ ਮੇਰੇ ਕੋਲ ਇਹ ਮੇਰੀਆਂ ਇਹ ਚੀਜ਼ਾਂ ਹੁੰਦੀਆਂ, ਇੱਦਾਂ ਦੀਆਂ ਚੀਜ਼ਾਂ ਮੇਰੀਆਂ ਹੁੰਦੀਆਂ, ਤਾਂ ਕਹਿੰਦਾ ਫਿਰ ਮੇਰਾ ਜਿਹੜਾ ਜਿੰਨੀ ਵੀ ਮੇਰਾ ਖਿਆਲ ਹੈ ਉਹ ਕਾਹਦੇ 'ਤੇ ਹੋਣਾ ਸੀਗਾ, ਉਹ ਖਿਆਲ ਹੋਣਾ ਸੀ ਮੇਰਾ ਉਮੀਦ 'ਤੇ ਕਿ ਸਹੀ ਹੋਊਗਾ, ਵਧੀਆ ਤਰੀਕੇ ਨਾਲ ਮੁੜੂਗਾ. ਆਈ ਸ਼ੁੱਡ ਬੀ ਸਟਿਲ ਪਲਕਿੰਗ ਦਾ ਗਰਾਸ ਟੂ ਨੋ ਵੇਅਰ ਸਿਟਸ ਦਾ ਵਿੰਡ. ਕਹਿੰਦਾ ਵੀ ਹੁਣ ਜਿਵੇਂ ਆਪਾਂ ਪਹਿਲਾਂ ਅਕਸਰ ਆਪਣੇ ਘਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ, ਹੈ ਨਾ, ਆਪਾਂ ਮਿੱਟੀ ਨੂੰ ਚੱਕਦੇ ਹਾਂ ਹਵਾ ਚੈੱਕ ਕਰਨ ਵਾਸਤੇ, ਉਹਨੂੰ ਮਿੱਟੀ ਨੂੰ ਆਪਦੇ ਹੱਥ ਨਾਲ ਉੱਪਰੋਂ ਦੀ ਸਿੱਟਦੇ ਹਾਂ ਅਤੇ ਪਤਾ ਲੱਗਦਾ ਕਿ ਹਵਾ ਕਿੱਧਰ ਨੂੰ ਵਗ ਰਹੀ ਹੈ. ਉਵੇਂ ਹੀ ਉਹ ਕਹਿ ਰਿਹਾ, ਕਹਿੰਦਾ ਕਿ ਮੈਂ ਘਾਹ ਪੁੱਟ ਕੇ, ਅਤੇ ਕਹਿੰਦਾ ਵੀ ਮੈਂ ਇਹ ਦੇਖਣਾ ਸੀ ਵੀ ਹਵਾ ਕਿੱਧਰ ਨੂੰ ਚੱਲਦੀ ਹੈ. ਪੇਅਰਿੰਗ ਇਨ ਮੈਪਸ ਫੋਰ ਪੋਰਟਸ ਐਂਡ ਪਾਇਰਸ ਐਂਡ ਰੋਡਸ. ਕਹਿੰਦਾ ਵੀ ਮੈਂ ਕੀ ਕਰਨਾ ਸੀ, ਫਿਰ ਮੈਂ ਮੈਪ ਦੇ ਵਿੱਚ ਵੇਖਣਾ ਸੀਗਾ ਬਈ ਕਿੱਥੇ ਬੰਦਰਗਾਹ ਕਿੱਥੇ ਹੈ ਜਾਂ ਕਿੱਥੇ ਜਹਾਜ਼ ਰੋਕ ਸਕਦੇ ਹੈ ਜਾਂ ਰੋਡਸ ਕਿੱਥੇ. ਰੋਡਸ ਮਤਲਬ ਛੋਟੇ ਚੈਨਲਸ ਜਿਹੜੇ ਸਮੁੰਦਰ ਨਾਲ, ਵਿਸ਼ਾਲ ਸਮੁੰਦਰ ਨਾਲ ਮਿਲਾਉਂਦੇ ਹੈ ਜਗ੍ਹਾ ਨੂੰ, ਉਹ ਵਾਲੇ. ਅਤੇ ਐਂਡ ਐਵਰੀ ਓਬਜੈਕਟ ਦੈਟ ਮਾਈਟ ਮੇਕ ਮੀ ਫੀਅਰ
misfortune to my ventures out of doubt would make me sad. ते कहिंदा भी हर एक ओ चीज जिहड़ी कि मैनू डरा सकती है या कहिए कि जिहड़े कि मेरे जिहड़े जहाज है या जिहड़े मेरे समान है उहदों नुकसान पहुँचा सकती है, इहदे कोई शक नहीं, कहिंदा मैं भी उहदे तों उदास हुंदा। ये पहला पार्ट है जी जिन्ना आपां पढ़िया। इस तों बाद अगे सैकेंड पार्ट बनावांगे। तो जे तुहानूं थोड़ी जी हैल्प मिली है, तुहानूं लग्या कि ठीक है, तो प्लीज़ लाइक सबसक्राइब जरूर करियो, तो शेयर तुसी उन्हां नूं करियो जिन्हां नूं जरूरत है, जिन्हां ने सुनना है, जिन्हां ने समझना है। तो एक होर एक सलाह सी छोटी जी कि बच्चे की करते हैं कि वह ऑनलाइन ही जिहड़े आंसर्स है वह चैक करते हैं, तुसी इहनूं सुन के आपदे वल्लों आंसर्स बना के देखियो प्लीज़, तुहाडे जिहड़े वर्कबुक्स है उन्हां ते। शुक्रिया जी, सत श्री अकाल सारिआं नूं, फिर दुबारा मिलते हैं।